ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਹਲਕੇ ਅਜਨਾਲਾ ਦੀ ਵਾਰਡ ਨੰਬਰ 5 ਅਤੇ 6 ਦੀ ਸਾਂਝੀ ਗਲੀ ਜੋ ਕਿ ਅਜਨਾਲਾ ਬਾਈਪਾਸ ਨੂੰ ਜੋੜਦੀ ਹੈ ਉਸ ਵਿੱਚ ਚਿੱਟਾ ਇੱਧਰ ਮਿਲਦਾ ਹੈ ਦੇ ਪੋਸਟਰ ਲਗਾਏ ਗਏ ਨੇ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਕਰਿਆਨੇ ਦਾ ਸਮਾਨ ਮਿਲਣਾ ਔਖਾ ਹੈ ਪਰ ਇੱਥੇ ਚਿੱਟਾ ਬੜੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਇਸ ਸੰਬੰਧੀ ਪੁਲਿਸ ਥਾਣਾ ਅਜਨਾਲਾ ਦੇ SHO ਮੈਡਮ ਸੁਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਬੜੀ ਵਾਰ ਛਾਪੇਮਾਰੀ ਕੀਤੀ ਗਈ ਹੈ ਪਰ ਅਜੇ ਤੱਕ ਕੁਝ ਨਹੀਂ ਮਿਲ ਸਕਿਆ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਟਰੈਪ ਲਗਾਏ ਹੋਏ ਹਨ ਅਤੇ ਬਹੁਤ ਹੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਬਕਾ ਕੌਂਸਲਰ ਰਸ਼ਪਾਲ ਸਿੰਘ, ਵਾਰਡ ਨੰਬਰ 6। ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਨਸ਼ੇ ਵਿਕਦੇ ਚਿੱਟੇ ਦੇ ਬਹੁਤ ਬੰਦ ਹੋਣੇ ਚਾਹੀਦੇ ਆ। ਸਾਡਾ ਬਹੁਤ ਮੰਦਾ ਹਾਲ ਹੈ ਗਲੀ ਦੇ ਵਿੱਚ। ਇਹਦੇ ਵਿੱਚ ਸਾਡੀ ਚੋਰੀਆਂ ਵੀ ਹੋ ਚੁੱਕੀਆਂ ਨੇ। ਮੇਰੇ ਆਪਦੀ ਖੁਦ ਦੀ ਵਰਕਸ਼ਾਪ ਹੈ, ਮੇਰੇ ਵਰਕਸ਼ਾਪ 'ਚੋਂ ਟਰੈਕਟਰ ਚੋਰੀ, ਟਰੈਕਟਰ ਦਾ ਸਮਾਨ ਚੋਰੀ ਹੈ। ਇੱਥੋਂ ਛੋਟਾ ਹਾਥੀ ਚੋਰੀ ਹੋ ਗਿਆ, ਸਵੇਰੇ 5 ਵਜੇ ਚੋਰੀ ਹਾਥੀ ਹੋ ਗਿਆ। ਇਸ ਬਸ ਕੇ ਜਿਹੜੇ ਨਸ਼ੇ ਕਰਦੇ ਇਹੋ ਹੀ ਰੇਕੀਆਂ ਕਰਦੇ ਨੇ, ਮੁੜ ਕੇ ਇਹਨਾਂ ਹੀ ਚੋਰੀਆਂ ਕਰਨੀਆਂ ਨੇ। ਅਸੀਂ ਮੁੜ ਕੇ ਜਿਹੜੇ ਮੁਹੱਲੇ ਵਾਲੇ ਇਹਨਾਂ ਸ਼ੱਕ ਕਰਨਾ, ਆਪਣੇ ਬੰਦੇ ਵੀ ਜਿੱਥੋਂ ਦੇ ਚੋਰੀਆਂ ਕਰਨ ਵਾਲੇ ਬਾਹਰ ਦੇ ਹੁੰਦੇ ਆ, ਤਾਂ ਨੁਕਸਾਨ ਸਾਡਾ ਹੋ ਸਕਦਾ। ਕਾਰਵਾਈ ਕੀਤੀ ਤੁਹਾਨੂੰ? ਦਰਖਾਸਤਾਂ ਮੈਂ ਪੋਸਟਾਂ ਪਾਈਆਂ ਜੀ, ਮੈਂ ਪੋਸਟਾਂ ਬਹੁਤ ਪਾਈਆਂ ਆਪਣਾ ਫੇਸਬੁੱਕ 'ਤੇ ਵੀ ਆਹ ਸਾਡੇ ਮੁਹੱਲੇ 'ਚ ਹੋ ਰਿਹਾ ਆ, ਕਿਉਂਕਿ ਦਰਖਾਸਤ ਤੋਂ ਬਾਅਦ ਪੋਸਟ 'ਤੇ ਜਿਹੜਾ ਅਸਰ ਜ਼ਿਆਦਾ ਹੁੰਦਾ। ਹਾਈ ਕਮਾਨ ਤੱਕ ਸਾਰਾ ਹੀ ਜਿਹੜੀ ਆ ਪੁਲਿਸ ਪ੍ਰਸ਼ਾਸਨ, ਉਹ ਪੁਲਿਸ ਪ੍ਰਸ਼ਾਸਨ ਦੇ ਕੋਲ ਸਾਰੀ ਰਿਪੋਰਟ ਪਹੁੰਚਦੀ ਆ। ਕੋਈ ਕਾਰਵਾਈ ਨਹੀਂ ਹੋਈ, ਇੱਕ ਵਾਰੀ ਹੋਈ ਹੈ ਜੀ। ਉਹ ਇਸ ਤਰ੍ਹਾਂ ਹੋਇਆ ਕਿ ਬਹੁਤ ਜ਼ਿਆਦਾ ਪੁਲਿਸ ਆਈ ਇੱਥੇ, ਵੀ ਬੜਾ ਤਗੜਾ ਗੈਂਗਸਟਰ ਫੜਨਾ ਹੁੰਦਾ, ਬੰਦਾ ਫੜਿਆ ਵੀ, ਛਾਪੇਮਾਰੀ ਵੀ ਕੀਤੀ ਆ, ਪਰ ਉਹ ਬੰਦਾ 1 ਘੰਟੇ ਤੱਕ ਛੱਡਿਆ ਗਿਆ। ਅਤੇ ਉਹ ਕਾਰਨ ਦਾ ਪਤਾ ਲੱਗਾ ਜੀ, ਉਹ ਕਹਿੰਦੇ ਜੀ ਇਹ ਨਸ਼ੇ ਬੜੇ ਕਰਦਾ, ਇਹ ਜਿੰਨੇ ਵੀ ਨਸ਼ੇ ਦੇਈਏ ਜਾ ਕੇ ਜੇ ਅੰਦਰ ਪੁਲਿਸ ਫੜ ਲੈਂਦੀ ਆ, ਇਹ ਜਾ ਕੇ ਉੱਥੇ ਆਪਣੇ ਸਟੰਟਬਾਜ਼ੀ ਕਰਦੇ ਆ, ਕੋਈ ਸਿਰ ਮਾਰੂ ਮੱਥੇ ਆ, ਜਾ ਕੇ ਕੰਧ ਨਾਲ ਕਿਤੇ ਕੋਈ ਕੋਈ ਝੱਕ ਕੱਢਣ ਡੈ ਮੂੰਹ 'ਚੋਂ, ਇਹ ਫਿਰ ਪੁਲਿਸ ਕਹੂਗੀ ਵੀ ਇਹਨੇ ਮਰ ਜਾਣਾ ਸਾਡੇ ਕੋਲ। ਇਹਨਾਂ ਦੇ ਮਰਨਾ ਮਰਨਾ ਨਹੀਂ, ਪਰ ਜਿਹੜੇ ਨਸ਼ਾ ਕਰ ਰਹੇ ਉਹ ਜ਼ਰੂਰ ਮਰ ਰਹੇ ਨੇ, ਟੀਕੇ ਲਾ ਲਾ ਕੇ ਮਰਨਦੇ ਨੇ। ਹੁਣ ਇੱਥੇ ਚਲੋ 2-3 ਦੁਕਾਨਾਂ ਛੱਡ ਕੇ ਕਈਆਂ ਨੇ ਕਾਰੋਬਾਰ ਹੀ ਆਪਣਾ ਇਹ ਕਰ ਲਿਆ ਵੀ ਦੁਕਾਨਾਂ ਦੇ ਵਿੱਚੋਂ ਵੀ ਸਰਿੰਜਾਂ ਮਿਲਣੀਆਂ ਤੁਹਾਨੂੰ, ਉਹ ਸਮੈਕ ਲਾਉਣ ਵਾਲੀਆਂ ਪੰਨੀਆਂ ਮਿਲ ਜਾਣੀਆਂ ਨੇ, ਉਹ ਸਾਰਾ ਸਭ ਕੁਝ ਮਿਲਦਾ। ਕਿੱਥੋਂ ਬੰਦਣਾ ਸਰਕਾਰ? ਇਹ ਤਾਂ ਸਿਰਫ ਇੱਕ ਸਿਆਸੀ ਸੰਡਰ ਚੱਲ ਰਿਹਾ ਕੰਮ, ਕੋਈ ਕੋਈ ਨਾ ਕੋਈ ਪੈਸਿਆਂ ਦਾ ਜਿਹੜਾ ਚੱਲ ਰਿਹਾ ਕੰਮ, ਜਿਹੜਾ ਕੋਈ ਪੈਸਾ ਦੇਣ ਦਾ ਉਹ ਨਸ਼ਾ ਵੇਚੀ ਜਾਂਦਾ। ਰੁਮਾਨਾ ਕੋਈ ਗੱਲ ਹੀ ਨਹੀਂ, ਮੰਗ ਅਸੀਂ ਕਹਿੰਦੇ ਨਸ਼ਾ ਬੰਦ ਹੋਣਾ ਚਾਹੀਦਾ। ਅਸੀਂ ਸਰਕਾਰਾਂ ਨੂੰ, ਅਸੀਂ ਤਾਂ ਪਬਲਿਕ ਨੂੰ ਵੀ ਇਹ ਕਹਿੰਦੇ ਵੀ ਸਾਡਾ ਸਾਥ ਦਿਓ ਤਗੜੇ ਹੋ ਕੇ। ਇਹ ਇਕੱਲਾ ਪ੍ਰਸ਼ਾਸਨ ਦਾ ਕੰਮ ਨਹੀਂ, ਸਾਡਾ ਵੀ ਮਤਲਬ ਕਿ ਫਰਜ਼ ਬਣਦਾ ਕਿ ਅਸੀਂ ਸਾਰੇ ਮੁਹੱਲਾ ਨਿਵਾਸੀ ਸਾਰੇ ਇਕੱਠੇ ਹੋ ਗਏ, ਇਹ ਜਿਹੜੀ ਆ ਸਾਡਾ ਕੋਡ ਆ, ਸਾਡੇ ਗੱਲ ਪਿਆ, ਇਹਨੂੰ ਲਾਈਏ। ਬਹੁਤ ਜ਼ਿਆਦਾ ਜੀ ਇੱਥੇ ਨਸ਼ਾ ਵਿਕ ਰਿਹਾ ਜੀ, ਬਹੁਤ ਤੰਗ ਹੈ ਜੀ ਇੱਥੋਂ। ਉਹਨਾਂ ਮਤਲਬ ਕਰਿਆਨੇ ਤੋਂ ਸਮਾਨ ਜਿਹੜਾ ਵਾ ਉਹ ਵੀ ਲੈਣਾ ਔਖਾ, ਜਿੰਨਾ ਚਿੱਟਾ ਮਿਲਦਾ ਸੌਖਾ ਇੰਨਾ। ਅਤੇ ਇੱਧਰੋਂ ਆ ਜਾਂਦਾ ਕੋਈ, ਇੱਧਰੋਂ ਮੋਟਰਸਾਈਕਲ 'ਤੇ ਆ ਜਾਂਦਾ ਚਿੱਟਾ ਲੈ ਕੇ, ਅਤੇ ਉਹ ਉੱਥੇ ਜਾ ਖਲੋਂਦੇ ਜੇ ਮੋੜ ਦਿੱਤੇ, ਅਤੇ ਕਦੀ ਨਖਾਸੇ ਇੱਧਰ ਸਰੋਈ ਨੂੰ ਨਿਕਲ ਜਾਂਦੇ ਜੀ, ਉੱਥੇ ਚਿੱਟਾ ਚਿੱਟਾ ਲਾ ਕੇ ਫਿਰ ਇੱਥੇ ਆਉਣ ਪੈਂਦੇ ਜੀ। ਲਾ ਲਓ ਸਾਹਿਬ ਜਾਂਦੇ ਨਹੀਂ, ਨਸ਼ਾ ਬੰਦ ਹੋਣਾ ਚਾਹੀਦਾ ਜੀ ਇੱਥੇ। ਬਹੁਤ ਦਹਿਸ਼ਤ ਹੈ ਜੀ, ਬਹੁਤ ਮਾਹੌਲ ਬਣਿਆ ਰਹਿੰਦਾ, ਬਹੁਤ ਭਾਈ ਨਸ਼ਾ ਬੰਦ ਹੋਣਾ ਚਾਹੀਦਾ ਜੀ, ਕਿਉਂਕਿ ਹੁਣ ਅਸੀਂ ਘਰੋਂ ਬਾਹਰ ਚੱਲ ਜਾਂਦੇ ਹਾਂ, ਕਿਸੇ ਦਾ ਇੱਕ ਪੋਤੇ, ਕਿਸੇ ਦੇ ਦੋ ਪੋਤੇ, ਪਤਾ ਨਹੀਂ ਪਿੱਛੋਂ ਕੀ ਬਣਦਾ ਕੀ ਨਹੀਂ ਬਣਦਾ। ਅਤੇ ਇਹ ਪਿੱਛੇ ਨਸ਼ੇ ਦੇ ਇੰਨੇ ਕੁ ਜ਼ਿਆਦਾ ਇੱਥੇ ਬੰਦੇ ਹੁੰਦੇ, ਕਹਿਣ ਦੀ ਗੱਲ ਜੇ ਅਸੀਂ ਰੋਕੀਏ ਉਹਨਾਂ ਨੂੰ, ਉਹਨਾਂ ਦੀਆਂ ਜਨਾਨੀਆਂ ਖੁਦ ਸਾਨੂੰ ਕਹਿਣ ਡੈ ਪੈਂਦੀਆਂ ਤੁਸੀਂ ਵੇਚ ਲਓ, ਆਪਾਂ ਇਹ ਨਸ਼ਾ ਬੰਦ ਕਰਾਉਣਾ ਚਾਹੁੰਦੇ ਆਪਣੀ ਗਲੀ ਦੇ ਵਿੱਚ। ਸਰ ਸਰਕਾਰ ਕੋਈ ਵਾਅਦਾ ਨਹੀਂ ਕਰਨ ਦੀ, ਸਰਕਾਰ ਕਾਹਦੇ? ਸਰਕਾਰ ਨੇ ਪਹਿਲਾਂ ਕਹਿੰਦੇ ਵੀ ਜਦੋਂ ਪਾਣ ਕੇ ਨਸ਼ਾ ਬੰਦ ਕਰਾ ਦਾਂਗੇ, ਕੋਈ ਬੰਦ ਨਹੀਂ, ਨਸ਼ਾ ਸਗੋਂ ਵਧਿਆ, ਅੱਗੇ ਨਾਲੋਂ ਨਸ਼ਾ 3 ਗੁਣਾ ਜ਼ਿਆਦਾ ਵਧਿਆ ਜੋ। ਨਸ਼ਾ ਬੰਦ ਹੋਣਾ ਚਾਹੀਦਾ, ਬਿਲਕੁਲ ਨਸ਼ਾ ਬੰਦ ਹੋਣਾ ਚਾਹੀਦਾ। ਬਹੁਤ ਜ਼ਿਆਦਾ ਨਸ਼ਾ ਵਿਕਣ ਡਿਆ ਆ, ਇਹ ਆਪਣੇ ਸਾਡੇ ਮੁਹੱਲੇ ਦੇ ਵਿੱਚ ਬਹੁਤ ਬੁਰੀ ਹਾਲਤ ਆ। ਇੱਥੇ ਆਣ ਕੇ ਖਲੋ ਜਾਂਦੇ ਨੇ, ਸਾਡੀਆਂ ਬੱਚੀਆਂ ਨੇ ਉਹ ਇੱਥੇ ਰਹਿੰਦੀਆਂ ਨੇ, ਇੱਥੇ ਤਾਂ ਬਾਹਰ ਨਿਕਲਦੀਆਂ ਅਤੇ ਕੋਈ ਬਾਹਰ ਨਹੀਂ ਉਹਨਾਂ ਦੇ ਨਿਕਲਦੀ। ਇੰਨੀ ਇੰਨੀ ਬੁਰੀ ਹਾਲਤ, ਇੰਨੇ ਨਸ਼ੇ ਪਿੰਡਾਂ ਤੋਂ ਮੁੰਡੇ ਆਉਂਦੇ ਨੇ ਇੱਥੇ ਨਸ਼ਾ ਖੜਨੇ ਆਣ ਕੇ। ਵੇਚਦੇ ਇੱਦਾਂ ਹੀ ਆ ਜੀ, ਬਸ ਕੋਈ ਆਪਣਾ ਟੀਕੇ ਵੇਚੀ ਜਾਂਦਾ, ਕੋਈ ਕੁਛ ਵੇਚੀ ਜਾਂਦਾ ਆ, ਬਹੁਤ ਜ਼ਿਆਦਾ ਹੀ ਨਸ਼ਾ ਵਿਕਣ ਡਿਆ ਅਤੇ ਬਹੁਤ ਮੰਦੀ ਹਾਲਤ ਆ। ਇਹਦਾ ਮਤਲਬ ਇਲਾਜ ਹੋਣਾ ਚਾਹੀਦਾ, ਫੜ ਹੋਣੀ ਚਾਹੀਦੀ ਇਹਦੀ ਦਵਾ ਲਓ। ਮੈਡਮ ਅੱਜ ਨਾ 5 ਨੰਬਰ ਅਤੇ 6 ਨੰਬਰ ਵਾਰਡ ਦੀ ਸਾਂਝੀ ਗਲੀ ਹੈਗੀ ਆ, ਉਹਦੇ ਵਿੱਚ ਪੋਸਟਰ ਲੱਗਿਆ ਵੀ ਚਿੱਟਾ ਇੱਧਰ ਮਿਲਦਾ ਹੈ, ਕੀ ਕਹਿਣਾ ਚਾਹੁੰਦੇ ਆ, ਪੁਲਿਸ ਕੀ ਕਰ ਰਹੀ ਹੈ? ਮੈਂ ਵੈਸੇ ਇੱਥੇ ਵਰਕ ਕਰ ਰਹੀ ਹਾਂ ਅਤੇ ਮੈਂ ਆਪਣੀ ਟੀਮ ਲਗਾਈ ਹੋਈ ਆ, ਬਹੁਤ ਜਲਦੀ ਆਪਾਂ ਨੂੰ ਮਤਲਬ ਜੇ ਕੋਈ ਰਿਕਵਰੀ ਹੋਈ ਤਾਂ ਕਰਾਂ ਦੱਸਾਂਗੇ ਤੁਹਾਨੂੰ। ਮੁਹੱਲਾ ਵਾਸੀ ਨੇ ਕਹਿਣਾ ਵੀ ਅਸੀਂ ਬੰਦਾ ਫੜਾਉਂਦੇ ਹਾਂ, ਛੱਡ ਦਿੰਦੇ ਉਹ ਆ ਕੇ ਫਿਰ ਸਾਡੇ ਨਾਲ ਗਾਲੀ ਗਲੋਚ ਕਰਦੇ? ਨਹੀਂ, ਐਸੀ ਕੋਈ ਗੱਲਬਾਤ ਨਹੀਂ, ਜਦੋਂ ਦੀ ਮੈਂ ਆਈ ਹਾਂ ਜਦੋਂ ਦਾ ਮੇਰਾ ਵਰਕ ਚੱਲ ਰਿਹਾ, ਮੈਨੂੰ ਨਾ ਹੀ ਇਹਨਾਂ ਨੇ ਕੋਈ ਬੰਦਾ ਫੜਾਇਆ ਅਤੇ ਨਾ ਹੀ ਐਸੀ ਗੱਲਬਾਤ ਹੋਈ ਆ। ਮੈਂ ਆਪਣੇ ਸੋਰਸ ਲਗਾ ਰਹੀ ਹਾਂ, ਮੈਂ ਆਪ ਲੈ ਕੇ ਜਾ ਰਹੀ ਹਾਂ ਆਪਣੀ ਟੀਮ, ਜਦੋਂ ਮੈਨੂੰ ਲੱਗਿਆ ਵੀ ਕਿਸੇ ਤੋਂ ਕੁਛ ਮਿਲਦਾ, ਅਸੀਂ ਸ਼ੱਕੀ ਜਿਹੜੇ ਬੰਦੇ ਉੱਥੇ ਹੁੰਦੇ ਆ ਉਹਨਾਂ ਦੀ ਤਲਾਸ਼ੀ ਕਰੀ ਦੀ, ਸਾਰਾ ਕੁਛ ਦੇਖੀ ਦਾ, ਉਹਨਾਂ ਨੂੰ ਕੁਛ ਨਹੀਂ ਮਿਲਦਾ ਹੁੰਦਾ ਸਪੋਟ। ਕਿਉਂ ਮੁਹੱਲਾ ਵਾਸੀ ਕਿਉਂ ਕਹਿ ਰਹੇ ਵੀ ਇੱਧਰ ਚਿੱਟਾ ਮਿਲਦਾ ਜਾਂ ਕੀ ਚੱਕਰ ਕੀ ਹੈ? ਉਹ ਮੈਂ ਵੈਰੀਫਾਈ ਕਰ ਰਹੀ ਹਾਂ, ਦੇਖਦੀ ਪਈ ਹਾਂ। ਕਦੋਂ ਤੱਕ ਹੋਏਗੀ ਕਾਰਵਾਈ? ਇਹਦੇ ਮੈਂ ਲਾਈ ਹੋਈ ਹੈ ਟੀਮ, ਮੈਂ ਹੋਪਫੁਲੀ ਜਲਦੀ ਆਪਾਂ ਨੂੰ ਕੋਈ ਨਾ ਕੋਈ ਰਿਜ਼ਲਟ ਮਿਲੇਗਾ।